ਸਵਾਲ ਤਾਂ ਜੀ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਇੰਡੀਆ ਸਟੱਡੀ ਗਰੁੱਪ ਵਿੱਚ। ਤੇ ਦੋਸਤੋ ਅੱਜ ਦੀ ਮੋਸਟ ਇੰਪੋਰਟੈਂਟ ਕਲਾਸ ਲੈ ਕੇ ਹਾਜ਼ਰ ਹੋਏ ਹਾਂ ਤੇ ਅੱਜ ਦੀ ਕਲਾਸ ਦੇ ਵਿੱਚ ਦੋਸਤੋ ਕੁਐਸਚਨਾਂ ਦੇ ਨਾਲ ਆਪਸ਼ਨ ਵੀ ਸ਼ਾਮਿਲ ਕਰੀ ਗਏ ਹੈ। ਤਾਂ ਤੁਸੀਂ ਇੱਕ ਕੰਮ ਕਰਨਾ ਹੈ, ਪਹਿਲਾਂ ਵੀਡੀਓ ਨੂੰ ਪੌਜ਼ ਕਰਕੇ ਖੁਦ ਤੋਂ ਕੁਐਸਚਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਵੀਡੀਓ ਦੇ ਐਂਡ ਵਿੱਚ ਕਮੈਂਟ ਕਰਕੇ ਦੱਸਣਾ ਹੈ ਕਿ ਤੁਹਾਡੇ ਕਿੰਨੇ ਸਵਾਲ ਸਹੀ ਹੋਏ। ਠੀਕ ਹੈ, ਦੱਸਿਆ ਜ਼ਰੂਰ ਕਰੋ ਬਾਈ। ਤਾਂ ਚਲੋ ਫਿਰ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਜਿਹੜਾ ਹੈ ਦੋਸਤੋ ਇਸ ਦੇ ਵਿੱਚ ਪੁੱਛਿਆ ਗਿਆ, ਭਾਰਤ ਦੇ ਕਿਸ ਰਾਜ ਦੇ ਵਿੱਚ ਟਰਾਂਸਜੈਂਡਰ ਕਮਿਊਨਿਟੀ ਲਈ ਪਹਿਲੀ ਯੂਨੀਵਰਸਿਟੀ ਸ਼ੁਰੂ ਕੀਤੀ ਜਾਵੇਗੀ? ਆਪਸ਼ਨ ਦੋਸਤੋ ਤੁਹਾਡੇ ਸਾਹਮਣੇ ਹੈ ਤੇ ਇਸ ਦਾ ਜਿਹੜਾ ਸਹੀ ਜਵਾਬ ਹੈ ਦੋਸਤੋ ਉਹ ਹੈ ਆਪਸ਼ਨ ਸੀ, ਯਾਨੀ ਕਿ ਉੱਤਰ ਪ੍ਰਦੇਸ਼। ਉੱਤਰ ਪ੍ਰਦੇਸ਼ ਦੇ ਦੋਸਤੋ ਕੁਸ਼ੀਨਗਰ ਜ਼ਿਲ੍ਹੇ ਦੇ ਵਿੱਚ ਇਹ ਯੂਨੀਵਰਸਿਟੀ ਸ਼ੁਰੂ ਕੀਤੀ ਜਾ ਰਹੀ ਹੈ ਤੇ ਇਸ ਦਾ ਜਿੰਨਾ ਵੀ ਖਰਚਾ ਹੋਏਗਾ ਉਹ ਸਾਰਾ ਆਲ ਇੰਡੀਆ ਕਿੰਨਰ ਸਿੱਖਿਆ ਸੇਵਾਵਾਂ ਟਰੱਸਟ ਵੱਲੋਂ ਉਠਾਇਆ ਜਾਵੇਗਾ। ਹੁਣ ਚੱਲਦੇ ਹਾਂ ਦੋਸਤੋ ਆਪਾਂ ਨੈਕਸਟ ਕੁਐਸਚਨ ਦੇ ਵੱਲ। ਕੁਐਸਚਨ ਨੰਬਰ 2, ਇੱਥੇ ਦੋਸਤੋ ਪੁੱਛਿਆ ਗਿਆ ਕਿਸ ਰਾਜ ਸਰਕਾਰ ਨੇ ਸਾਲ 2020 ਨੂੰ ਗਵਰਨੈਂਸ ਰੈਜੂਲੇਸ਼ਨ ਸਾਲ ਵਜੋਂ ਮਨਾਉਣ ਦਾ ਫੈਸਲਾ ਕਰਿਆ ਹੈ? ਤਾਂ ਆਪਸ਼ਨ ਦੋਸਤੋ ਤੁਹਾਡੇ ਸਾਹਮਣੇ ਤੇ ਸਹੀ ਜਵਾਬ ਹੈ ਇਸ ਦਾ ਆਪਸ਼ਨ ਏ, ਯਾਨੀ ਕਿ ਹਰਿਆਣਾ। ਹਰਿਆਣਾ ਸਰਕਾਰ 2020 ਨੂੰ ਗਵਰਨੈਂਸ ਰੈਜੂਲੇਸ਼ਨ ਸਾਲ ਦੇ ਵਜੋਂ ਮਨਾਉਣ ਦਾ ਫੈਸਲਾ ਕਰਿਆ ਹੈ। ਚਲਦੇ ਦੋਸਤੋ ਕੁਐਸਚਨ ਨੰਬਰ 3 ਦੇ ਵੱਲ। ਤੇ ਕੁਐਸਚਨ ਨੰਬਰ 3 ਦੇ ਵਿੱਚ ਦੋਸਤੋ ਪੁੱਛਿਆ ਗਿਆ ਹੈ ਕਿਸ ਰਾਜ ਸਰਕਾਰ ਨੇ ਚੀਨ ਤੋਂ ਬਣੇ ਮਾਂਝੇ ਦੀ ਵਿਕਰੀ ਤੇ ਪਾਬੰਦੀ ਲਗਾਈ ਹੈ? ਇੱਥੇ ਦੋਸਤੋ ਮਾਂਝਾ ਤੁਸੀਂ ਸਮਝਦੇ ਹੀ ਹੋਗੇ, ਆਪਣਾ ਦੁਆਬਾ ਮਾਂਝੇ ਦੀ ਗੱਲ ਨਹੀਂ ਹੋ ਰਹੀ, ਮਾਂਝੇ ਦੀ ਗੱਲ ਹੋ ਰਹੀ ਹੈ ਜਿਹੜਾ ਪਤੰਗ ਉਡਾਉਣ ਵਾਲਾ ਧਾਗਾ ਹੁੰਦਾ ਹੈ ਜੋ ਚਾਈਨਾ ਤੋਂ ਬਣਿਆ ਹੁੰਦਾ ਹੈ। ਤਾਂ ਉਹ ਦੋਸਤੋ ਕਿਹੜੇ ਸਟੇਟ ਨੇ ਰੋਕ ਲਾ ਦਿੱਤੀ ਹੈ ਤੁਸੀਂ ਦੱਸਣਾ ਹੈ? ਆਪਸ਼ਨ ਤੁਹਾਡੇ ਸਾਹਮਣੇ ਹੈ ਤੇ ਇਸ ਦਾ ਦੋਸਤੋ ਜਿਹੜਾ ਸਹੀ ਜਵਾਬ ਹੈ ਉਹ ਹੈ ਆਪਸ਼ਨ ਬੀ, ਯਾਨੀ ਕਿ ਰਾਜਸਥਾਨ। ਰਾਜਸਥਾਨ ਨੇ ਦੋਸਤੋ ਚੀਨ ਤੋਂ ਬਣੇ ਜਿਹੜੇ ਧਾਗੇ ਆਉਂਦੇ ਪਤੰਗ ਉਡਾਉਣ ਵਾਲੇ, ਮਾਂਝੇ ਜਿਹਨੂੰ ਕਹਿੰਦੇ ਆ, ਉਸ 'ਤੇ ਰੋਕ ਲਾ ਦਿੱਤੀ ਹੈ। ਰੀਜ਼ਨ ਇਹ ਹੁੰਦਾ ਦੋਸਤੋ ਕਿ ਇਹਨਾਂ 'ਤੇ ਕੱਚ ਲੱਗਿਆ ਹੁੰਦਾ ਜਿਸ ਕਾਰਨ ਪੰਛੀ ਮਰ ਜਾਂਦੇ, ਘਾਇਲ ਹੋ ਜਾਂਦੇ, ਇਸੇ ਕਰਕੇ ਦੋਸਤੋ ਇਹਨਾਂ 'ਤੇ ਰੋਕ ਲਾ ਦਿੱਤੀ ਗਈ ਹੈ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੇ ਵੱਲ ਤੇ ਕੁਐਸਚਨ ਨੰਬਰ 4। ਇੱਥੇ ਦੋਸਤੋ ਪੁੱਛਿਆ ਗਿਆ ਡ੍ਰੀਮਸ ਆਫ ਏ ਬਿਲੀਅਨ ਇੰਡੀਆ ਐਂਡ ਓਲੰਪਿਕ ਗੇਮ, ਇਹ ਦੋਸਤੋ ਇੱਕ ਬੁੱਕ ਦਾ ਨਾਂ ਹੈ ਤੇ ਤੁਸੀਂ ਦੱਸਣਾ ਹੈ ਕਿ ਇਸ ਬੁੱਕ ਦੇ ਰਾਈਟਰ ਕੌਣ ਹੈ, ਯਾਨੀ ਕਿ ਕਿਹਨੇ ਇਹ ਬੁੱਕ ਲਿਖੀ ਹੈ? ਆਪਸ਼ਨ ਦੋਸਤੋ ਤੁਹਾਡੇ ਸਾਹਮਣੇ ਜਵਾਬ ਦੇਣ ਦੀ ਫਟਾਫਟ ਕੋਸ਼ਿਸ਼ ਕਰੋ ਤੇ ਇਸਦਾ ਜਿਹੜਾ ਸਹੀ ਜਵਾਬ ਹੈ ਦੋਸਤੋ ਉਹ ਹੈ ਆਪਸ਼ਨ ਡੀ, ਯਾਨੀ ਕਿ ਬੋਰੀਆ ਮਜੂਮਦਾਰ ਅਤੇ ਨਲਿਤ ਮਹਿਤਾ ਨੇ ਇਸ ਬੁੱਕ ਨੂੰ ਲਿਖਿਆ ਹੈ ਤੇ ਇਸ ਬੁੱਕ ਦੇ ਵਿੱਚ ਦੋਸਤੋ ਇੰਡੀਆ ਦੇ ਬਾਰੇ ਲਿਖਿਆ ਹੋਇਆ, ਇੰਡੀਆ ਦਾ ਓਲੰਪਿਕ ਦੇ ਵਿੱਚ ਪਾਰਟਿਸਿਪੇਟ ਕਰਨਾ, ਸਾਰੀ ਹਿਸਟਰੀ ਦੋਸਤੋ ਇਹਨਾਂ ਨੇ ਲਿਖੀ ਹੈ। ਠੀਕ ਹੈ, ਹੁਣ ਚੱਲਦੇ ਆਪਾਂ 5ਵੇਂ ਨੰਬਰ ਕੁਐਸਚਨ ਵੱਲ। ਇੱਥੇ ਦੋਸਤੋ ਪੁੱਛਿਆ ਗਿਆ ਕਿਹੜੇ ਸ਼ਹਿਰ ਵਿੱਚ 17ਵੀਂ ਭਾਰਤ ਯੂਰੋਪੀਅਨ ਸੰਮੇਲਨ 2020 ਦਾ ਆਯੋਜਨ ਕੀਤਾ ਜਾ ਰਿਹਾ ਹੈ? ਆਪਸ਼ਨ ਦੋਸਤੋ ਸਾਹਮਣੇ ਹੈ, ਫਟਾਫਟ ਇਹਨੂੰ ਕਲਿੱਕ ਕਰੋ ਤੇ ਇਸਦਾ ਦੋਸਤੋ ਜਿਹੜਾ ਸਹੀ ਜਵਾਬ ਹੈ ਉਹ ਹੈ ਜੀ ਬਰਸਲੇਜ। ਠੀਕ ਹੈ, ਬਰਸਲੇਜ ਜਿਹੜਾ ਹੈ ਇਸਦਾ ਸਹੀ ਜਵਾਬ ਹੈ। ਅੰਗਰੇਜ਼ੀ ਵਿੱਚ ਵੀ ਦੋਸਤੋ ਨਾਂ ਦੇਖ ਲਿਓ, ਕਿਤੇ ਮਿਸਟੇਕ ਨਾ ਹੋ ਜੇ, ਬੈਲਜੀਅਮ ਦਾ ਇਹ ਸ਼ਹਿਰ ਹੈ। ਹੁਣ ਚੱਲਦੇ ਹਾਂ ਦੋਸਤੋ ਆਪਾਂ 6ਵੇਂ ਨੰਬਰ ਕੁਐਸਚਨ ਦੇ ਵੱਲ। ਤੇ ਇੱਥੇ ਦੋਸਤੋ ਪੁੱਛਿਆ ਗਿਆ 2019-20 ਲਈ ਕਿਸ ਨੂੰ ਫਿੱਕੀ ਦਾ ਚੇਅਰਮੈਨ ਨਿਯੁਕਤ ਕਰਿਆ ਗਿਆ, ਯਾਨੀ ਕਿ ਚੁਣਿਆ ਗਿਆ ਹੈ? 2019-20 ਲਈ ਕਿਸ ਨੂੰ ਫਿੱਕੀ ਦਾ ਚੇਅਰਮੈਨ ਚੁਣਿਆ ਗਿਆ ਹੈ, ਤੁਸੀਂ ਦੱਸਣਾ ਹੈ। ਆਪਸ਼ਨ ਤੁਹਾਡੇ ਸਾਹਮਣੇ ਤੇ ਇਸਦਾ ਦੋਸਤੋ ਸਹੀ ਜਵਾਬ ਜਿਹੜਾ ਹੈ ਉਹ ਹੈ ਆਪਸ਼ਨ ਏ, ਯਾਨੀ ਕਿ ਸੰਗੀਤਾ ਰੈਡੀ। ਤੇ ਦੋਸਤੋ ਇਹ ਸੰਗੀਤਾ ਰੈਡੀ ਜਿਹੜੇ ਹੈ ਇਹਨਾਂ ਨੇ ਥਾਂ ਲਈ ਹੈ ਬਾਈ ਸੰਦੀਪ ਸੋਮਾਨੀ ਦੀ। ਕਿਹਦੀ ਥਾਂ ਲਈ ਹੈ? ਸੰਦੀਪ ਸੋਮਾਨੀ ਦੀ ਥਾਂ ਲਈ ਹੈ ਸੰਗੀਤਾ ਰੈਡੀ ਨੇ, ਯਾਨੀ ਕਿ ਪਹਿਲਾਂ ਜਿਹੜੇ ਚੇਅਰਮੈਨ ਸੀ ਉਹ ਸੀ ਸੰਦੀਪ ਸੋਮਾਨੀ। ਹੁਣ ਚੱਲਦੇ ਹਾਂ ਦੋਸਤੋ ਆਪਾਂ ਨੈਕਸਟ ਕੁਐਸਚਨ ਦੇ ਵੱਲ ਤੇ ਕੁਐਸਚਨ ਨੰਬਰ 7। ਇਸ ਦੇ ਵਿੱਚ ਦੋਸਤੋ ਪੁੱਛਿਆ ਗਿਆ ਰਾਖੀ ਹਲਦਰ ਕਿਸ ਖੇਡ ਦੇ ਨਾਲ ਸੰਬੰਧਿਤ ਹੈ? ਦੋਸਤੋ ਰਾਖੀ ਹਲਦਰ ਜਿਹੜੇ ਹੈ ਇਹ ਕਿਹੜੇ ਗੇਮ ਨਾਲ ਰਿਲੇਸ਼ਨ ਰੱਖਦੇ ਹੈ? ਆਪਸ਼ਨ ਸੀ, ਵੇਟ ਲਿਫਟਿੰਗ ਦੇ ਨਾਲ। ਠੀਕ ਹੈ, ਰਾਖੀ ਹਲਦਰ ਵੇਟ ਲਿਫਟਿੰਗ ਦੇ ਨਾਲ ਆਪਣਾ ਰਿਲੇਸ਼ਨ ਰੱਖਦੇ ਹੈ। ਕੁਐਸਚਨ ਨੰਬਰ ਦੋਸਤੋ 8 ਦੀ ਗੱਲ ਕਰੀਏ ਤਾਂ ਇੱਥੇ ਦੋਸਤੋ ਪੁੱਛਿਆ ਗਿਆ ਜਿੰਨਾ ਖਿੱਟਾ ਕਿਸ ਖੇਡ ਦੇ ਨਾਲ ਸੰਬੰਧ ਰੱਖਦੇ ਹੈ, ਯਾਨੀ ਕਿ ਜਿੰਨਾ ਖਿੱਟਾ ਜਿਹੜੇ ਪਲੇਅਰ ਹੈ ਕਿਸ ਖੇਡ ਦੇ ਨਾਲ ਸੰਬੰਧ ਰੱਖਦੇ ਹੈ? ਦੋਸਤੋ ਇਹ ਰੱਖਦੇ ਹੈ ਆਪਸ਼ਨ ਏ, ਸ਼ੂਟਿੰਗ। ਠੀਕ ਹੈ, ਬਹੁਤ ਜ਼ਿਆਦਾ ਦੋਸਤੋ ਇੰਪੋਰਟੈਂਟ ਹੈ ਸ਼ੂਟਿੰਗ ਨਾਲ ਜਿੰਨਾ ਖਿੱਟਾ ਜਿਹੜੀ ਆਪਣਾ ਸੰਬੰਧ ਰੱਖਦੀ ਹੈ। ਤੇ ਇਹ ਜਿਹੜੀ ਹਿਮਾਚਲ ਪ੍ਰਦੇਸ਼ ਦੀ ਜਿੰਨਾ ਖਿੱਟਾ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ਦੀ ਨਵੀਂ ਰਾਸ਼ਟਰ ਚੈਂਪੀਅਨ ਬਣੀ ਹੈ। ਤੇ ਦੋਸਤੋ ਇਹਨਾਂ ਨੇ 63ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ ਸੀ, ਯਾਨੀ ਕਿ ਸੋਨੇ ਦਾ ਜਿਹੜਾ ਤਗਮਾ ਹੈ ਉਹ ਜਿੱਤਿਆ ਸੀ। ਤੇ ਇਸੇ ਚੈਂਪੀਅਨਸ਼ਿਪ ਦੇ ਵਿੱਚ ਦੋਸਤੋ ਮੇਹੁਲੀ ਘੋਸ਼ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ ਤੇ ਜਿਹੜਾ ਬ੍ਰੋਂਜ਼ ਸੀ ਦੋਸਤੋ ਉਹ ਜਿੱਤਿਆ ਸੀ ਅਪੂਰਵ ਚੰਦੇਲਾ ਨੇ। ਹੁਣ ਚੱਲਦੇ ਹਾਂ ਦੋਸਤੋ ਆਪਾਂ ਨੈਕਸਟ ਕੁਐਸਚਨ ਦੇ ਵੱਲ ਤੇ ਕੁਐਸਚਨ ਨੰਬਰ 9 ਦੇ ਵਿੱਚ ਦੋਸਤੋ ਪੁੱਛਿਆ ਗਿਆ ਅਭਿਨਵ ਲੋਹਾਨ ਕਿਸ ਖੇਡ ਦੇ ਨਾਲ ਸੰਬੰਧ ਰੱਖਦੇ ਹੈ, ਯਾਨੀ ਕਿ ਅਭਿਨਵ ਲੋਹਾਨ ਜਿਹੜਾ ਕਿਹੜੀ ਗੇਮ ਖੇਡਦੇ ਹੈ ਤੁਸੀਂ ਦੱਸਣਾ ਹੈ। ਆਪਸ਼ਨ ਦੋਸਤੋ ਤੁਹਾਡੇ ਸਾਹਮਣੇ ਹੈ ਤੇ ਸਹੀ ਜਵਾਬ ਕਲਿੱਕ ਕਰਨ ਦੀ ਕੋਸ਼ਿਸ਼ ਕਰੋ। ਇਸਦਾ ਦੋਸਤੋ ਜਿਹੜਾ ਸਹੀ ਜਵਾਬ ਹੈ ਉਹ ਹੈ ਜੀ ਆਪਸ਼ਨ ਏ, ਯਾਨੀ ਕਿ ਇਹ ਆਪਣਾ ਰਿਲੇਸ਼ਨ ਜਿਹੜਾ ਹੈ ਗੋਲਫ ਨਾਲ ਰੱਖਦੇ ਹੈ ਤੇ ਇਹਨਾਂ ਨੇ 2019 ਬੰਗਲੌਰ ਓਪਨ ਗੋਲਫ ਚੈਂਪੀਅਨਸ਼ਿਪ ਜਿੱਤੀ ਹੈ। ਹੁਣ ਚੱਲਦੇ ਹਾਂ ਦੋਸਤੋ ਆਪਾਂ ਨੈਕਸਟ ਕੁਐਸਚਨ ਦੇ ਵੱਲ। ਕੁਐਸਚਨ ਨੰਬਰ 10, ਇਸ ਦੇ ਵਿੱਚ ਦੋਸਤੋ ਪੁੱਛਿਆ ਗਿਆ ਕਿਸ ਭਾਰਤੀ ਭਾਰ ਤੋਲਕ ਨੇ 6ਵੇਂ ਕਤਰ ਅੰਤਰਰਾਸ਼ਟਰੀ ਕੱਪ ਵਿੱਚ ਸੋਨੇ ਦਾ ਤਗਮਾ ਜਿੱਤਿਆ, ਯਾਨੀ ਕਿ ਕਿਹੜਾ ਉਹ ਪਲੇਅਰ ਹੈ ਜਿਨ੍ਹਾਂ ਨੇ ਕਤਰ ਅੰਤਰਰਾਸ਼ਟਰੀ ਕੱਪ ਦੇ ਵਿੱਚ ਗੋਲਡ ਮੈਡਲ ਜਿੱਤਿਆ ਹੈ? ਇੱਥੇ ਦੋਸਤੋ ਵੇਟ ਲਿਫਟਿੰਗ ਦੀ ਗੱਲ ਹੋ ਰਹੀ ਹੈ, ਯਾਨੀ ਕਿ ਭਾਰ ਤੋਲਕ ਦੀ। ਤੇ ਇਸਦਾ ਦੋਸਤੋ ਸਹੀ ਜਵਾਬ ਹੈ ਜਿਹੜਾ ਉਹ ਹੈ ਆਪਸ਼ਨ ਬੀ, ਯਾਨੀ ਕਿ ਆਪਣੀ ਜਿਹੜੀ ਮੀਰਾਬਾਈ ਚਾਨੂ ਹੈ ਇਹਨਾਂ ਨੇ ਹੀ ਇਹ ਗੋਲਡ ਮੈਡਲ ਜਿੱਤਿਆ। ਤਾਂ ਇਹਨਾਂ ਤੋਂ ਰਿਲੇਟਡ ਦੋਸਤੋ ਥੋੜ੍ਹਾ ਜਿਹਾ ਹੋਰ ਡੇਟਾ ਮੈਂ ਲਿਖਿਆ, ਇਹ ਵੀ ਤੁਸੀਂ ਫਟਾਫਟ ਰੀਡ ਕਰ ਲਓ।
ਤਾਂ ਦੋਸਤੋ ਇਸ ਦਾ ਜਵਾਬ ਸਾਰਿਆਂ ਨੂੰ ਹੀ ਪਤਾ ਹੋਏਗਾ, ਹਾਲ ਹੀ ਵਿੱਚ ਲੰਘ ਗਿਆ ਤੇ ਇਸ ਦਾ ਜਿਹੜਾ ਸਹੀ ਜਵਾਬ ਦੋਸਤੋ ਆਪਸ਼ਨ ਬੀ, ਯਾਨੀ ਕਿ 22 ਦਸੰਬਰ ਨੂੰ ਰਾਸ਼ਟਰੀ ਗਣਿਤ ਦਿਵਸ ਸੈਲੀਬ੍ਰੇਟ ਕਰਿਆ ਜਾਂਦਾ ਹੈ। ਇਸ ਤੋਂ ਰਿਲੇਟਡ ਦੋਸਤੋ ਥੋੜਾ ਜਿਹਾ ਹੋਰ ਡੇਟਾ ਮੈਂ ਲਿਖਿਆ, ਉਹ ਵੀ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਲਓ। ਭਾਰਤ ਵਿੱਚ 22 ਸਤੰਬਰ ਨੂੰ ਹਰ ਸਾਲ ਰਾਸ਼ਟਰੀ ਗਣਿਤ ਦਿਵਸ ਵਜੋਂ ਘੋਸ਼ਿਤ ਕਰਿਆ ਗਿਆ, ਮਨਾਇਆ ਜਾਂਦਾ ਹੈ, ਤੇ ਮਨਮੋਹਨ ਸਿੰਘ ਨੇ ਦੋਸਤੋ ਇਸ ਦਾ ਅਨਾਉਂਸ ਕਰਿਆ ਸੀ 26 ਫਰਵਰੀ 2012 ਨੂੰ। ਰੀਜ਼ਨ ਕੀ ਸੀ ਦੋਸਤੋ? ਆਪਣੇ ਜਿਹੜੇ ਮਹਾਨ ਗਣਿਤ ਵਿਗਿਆਨੀ ਹੋਏ ਸੀ ਸ੍ਰੀ ਨਿਵਾਸ ਰਾਮਾਨੁਜ, ਉਹਨਾਂ ਦੀ ਯਾਦ ਦੇ ਵਿੱਚ ਇਹ ਮਨਾਇਆ ਜਾਂਦਾ ਹੈ। ਹੁਣ ਚੱਲਦੇ ਹਾਂ ਦੋਸਤੋ ਅੱਜ ਦੇ ਅਖੀਰੀ ਸਵਾਲ ਦੇ ਵਿੱਚ, ਤੇ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਦੋਸਤੋ। ਪੁੱਛਿਆ ਗਿਆ ਹੈ ICC ਨੇ ਮਹਿਲਾ T20 ਵਰਲਡ ਕੱਪ ਲਈ ਕਿਸ ਅੰਤਰਰਾਸ਼ਟਰੀ ਸੰਗਠਨ ਨਾਲ ਭਾਈਵਾਲੀ ਕੀਤੀ ਹੈ, ਯਾਨੀ ਕਿ ਸਾਝੇਦਾਰੀ ਕੀਤੀ ਹੈ, ਤੁਸੀਂ ਦੱਸਣਾ ਹੈ। ਆਪਸ਼ਨ ਦੋਸਤੋ ਤੁਹਾਡੇ ਸਾਹਮਣੇ, ਸਹੀ ਜਵਾਬ ਦੇਣ ਦੀ ਕੋਸ਼ਿਸ਼ ਕਰੋ। ਤੇ ਦੋਸਤੋ ਇਸ ਦਾ ਜਿਹੜਾ ਸਹੀ ਜਵਾਬ ਹੈ ਆਪਸ਼ਨ ਏ, ਯਾਨੀ ਕਿ ਯੂਨੀਸੇਫ ਦੇ ਨਾਲ ਇਹ ਸਾਝੇਦਾਰੀ ਕੀਤੀ ਗਈ ਹੈ, ਭਾਗੀਦਾਰੀ ਕੀਤੀ ਗਈ ਹੈ। ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕੁਐਸਚਨ ਦੋਸਤੋ, ਧਿਆਨ ਰੱਖਿਓ। ਤੇ ਤੁਹਾਡੇ ਵਾਸਤੇ ਵੀ ਦੋਸਤੋ ਅਜੇ ਇੱਕ ਜਿਹੜਾ ਕੁਐਸਚਨ ਲਿਖਿਆ ਗਿਆ, ਤੁਸੀਂ ਇਸ ਕੁਐਸਚਨ ਦਾ ਜਵਾਬ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਭੇਜਣਾ ਹੈ, ਨਾਲੇ ਕਿੰਨੇ ਨੰਬਰ ਤੁਹਾਡੇ ਇਸ ਟੈਸਟ ਦੇ ਵਿੱਚੋਂ ਆਏ ਇਹ ਵੀ ਲਿਖ ਕੇ ਜ਼ਰੂਰ ਸੈਂਡ ਕਰਿਓ। ਤੁਹਾਡੇ ਵਾਸਤੇ ਜਿਹੜਾ ਕੁਐਸਚਨ ਹੈ ਦੋਸਤੋ ਇਹਨੂੰ ਰੀਡ ਕਰ ਲਿਓ। ਇੰਡੀਅਨ ਨੇਵੀ ਦੀ ਪਹਿਲੀ ਮਹਿਲਾ ਪਾਇਲਟ ਕੌਣ ਬਣੀ ਹੈ? ਤੁਸੀਂ ਦੱਸਣਾ ਦੋਸਤੋ ਇੰਡੀਅਨ ਨੇਵੀ ਦੀ ਪਹਿਲੀ ਮਹਿਲਾ ਪਾਇਲਟ ਦਾ ਨਾਂ, ਕਮੈਂਟ ਬਾਕਸ ਦੇ ਵਿੱਚ ਲਿਖ ਕੇ ਭੇਜਣਾ ਹੈ, ਨਾਲੇ ਇਹ ਵੀ ਲਿਖਣਾ ਦੋਸਤੋ ਤੁਹਾਡੇ ਕਿੰਨੇ ਨੰਬਰ ਆਏ। ਠੀਕ ਹੈ, ਜੇ ਤੁਹਾਨੂੰ ਅੱਜ ਦੀ ਇਨਫੋਰਮੇਸ਼ਨ ਵਧੀਆ ਲੱਗੀ, ਕਲਾਸ ਵਧੀਆ ਲੱਗੀ, ਮਿਹਨਤ ਵਧੀਆ ਲੱਗੀ, ਤਾਂ ਬਾਈ ਲਾਈਕ ਸ਼ੇਅਰ ਕਰ ਦਿਓ। ਨੈਕਸਟ ਵੀਡੀਓ ਵਿੱਚ ਆਪਣੀ ਫਿਰ ਮੁਲਾਕਾਤ ਹੋਏਗੀ, ਉਦੋਂ ਤੱਕ ਦੇ ਲਈ ਰੱਬ ਰਾਖਾ।